ਬਜ਼ੁਰਗ ਜਿਹੜੇ ਸੀਗੇ ਉਹ ਆਸੇ ਪਾਸੇ ਘੁੰਮ ਰਹੇ ਸੀ, ਥੋੜ੍ਹੇ ਜੀ ਡਿਸਟਰਬਿੰਗ ਹੋ ਰਹੀ ਸੀਗੀ, ਉਹਦੇ ਕਰਕੇ ਫਿਰ ਮੈਂ ਸੋਚਿਆ ਵੀ ਛੋਟਾ ਜਿਹਾ ਪਾਰਕ ਬਣਾਇਆ ਜਾਵੇ, ਉਹਦੇ ਵਿੱਚ ਹਰਿਆਲੀ ਲਿਆਈ ਜਾਵੇ, ਜਿਹਦੇ ਕਰਕੇ ਕਿਤਾਬਾਂ ਪੜ੍ਹਦੇ ਆ, ਅਖਬਾਰ ਪੜ੍ਹਦੇ ਆ, ਗੱਲਾਂ ਪਤਾ ਸਾਂਝੀਆਂ ਕਰਦੇ ਆ, ਗੇਮਾਂ ਖੇਡਦੇ ਆ। खूबसूरती जे सोचांगे विचारां च होएगी ते खूबसूरती दिखेगी भी। जी टिकरी बॉर्डर ते मौजूद हाँ, मैं हाँ पुनीत ते मेरे नाल जड़ियां कैमरे विच तस्वीरां कैप्चर कर रहे ने विनय, वो भी नाल हैगे ने, ते नाल साडे बहुत सारे अजिहे लोग ने जड़े के टिकरी ते बहुत वक्त तो हुण इत्थे बैठे हुए हैगे आ। पर तरीका की आ बैठन दा, गल ए आ ना कि हुण जड़ी जगह ते रहना ਉਹਦੀ ਨੁਹਾਰ ਤਾਂ ਆਪੇ ਹੀ ਬਦਲਣੀ ਹੈਗੀ ਆ। ਇੱਕ ਅਜਿਹੀ ਜਗ੍ਹਾ ਨੂੰ ਇੱਕ ਜਿੱਥੇ ਕਿ ਸਿਰਫ ਤੇ ਸਿਰਫ ਰੋਡ ਨਜ਼ਰ ਆਉਂਦੀ ਹੋਏ, ਮਿੱਟੀ ਹੋਵੇ, ਕੱਚੀ ਰਾਹ ਹੋਵੇ, ਅਤੇ ਅਜਿਹੇ ਵਿੱਚ ਉਸ ਜਗ੍ਹਾ ਨੂੰ ਆਸ਼ੀਆਨਾ ਬਣਾ ਦੇਣਾ, ਆਪਣਾ ਚੌਗਿਰਦਾ ਜਿਹੜਾ ਹੈ ਉਹਨੂੰ ਖੂਬਸੂਰਤ ਬਣਾ ਦੇਣਾ ਵੱਡੀ ਗੱਲ ਹੁੰਦੀ ਹੈ, ਕਿਉਂਕਿ ਖੂਬਸੂਰਤੀ ਜੇ ਸੋਚਾਂਗੇ ਵਿਚਾਰਾਂ 'ਚ ਹੋਏਗੀ ਤਾਂ ਖੂਬਸੂਰਤੀ ਦਿਖੇਗੀ ਵੀ। ਅਤੇ ਇੱਥੇ ਬੜੀ ਹੀ ਖੂਬਸੂਰਤ ਤਸਵੀਰ ਜਿਹੜੀ ਉਹ ਘੇਰੀ ਗਈ ਹੈਗੀ ਆ। ਇੱਥੇ ਇੱਕ ਬਗੀਚਾ ਜਿਹਾ ਬਣਾਇਆ ਗਿਆ ਹੈ, ਇੱਥੇ ਨਰਸਰੀ ਜੀ ਬਣਾਈ ਗਈ ਆ ਜਿੱਥੇ ਤੁਹਾਨੂੰ ਇੱਥੇ ਹਰਿਆਲੀ ਨਜ਼ਰ ਆਏਗੀ, ਬੂਟੇ ਨਜ਼ਰ ਆਉਣਗੇ, ਅਤੇ ਇੱਥੇ ਪੜ੍ਹਨ ਲਿਖਣ ਵਾਲੇ ਲੋਕ ਜਿਹੜੇ ਹੈਗੇ ਆ ਉਹ ਆਉਂਦੇ ਹੈਗੇ ਆ, ਜਿਵੇਂ ਲਾਇਬ੍ਰੇਰੀ 'ਚ ਪੜ੍ਹਦੇ ਹਾਂ, ਬਾਗ 'ਚ ਬਗੀਚੇ 'ਚ ਬਹਿ ਕੇ ਪੜ੍ਹਦੇ ਹਾਂ, ਉਹ ਪੂਰਾ ਇੰਤਜ਼ਾਮ ਕੀਤਾ ਗਿਆ। ਇੱਥੇ ਕਿਤਾਬਾਂ ਰੱਖੀਆਂ ਗਈਆਂ ਵੀ ਜਿੰਨੇ ਕੁਛ ਪੜ੍ਹਨਾ ਉਹ ਪੜ੍ਹ ਸਕਦਾ ਹੈਗਾ। ਸਾਈਡ 'ਤੇ ਪੂਰੀ ਪਲਾਂਟਿੰਗ ਜਿਹੜੀ ਆ ਉਹ ਕੀਤੀ ਗਈ ਹੈਗੀ ਆ, ਬੂਟੇ ਲਾਏ ਗਏ, ਫੁੱਲ ਲਾਏ ਗਏ ਆ। ਸੋ ਬੜਾ ਹੀ ਇੱਕ ਜਿਹਨੂੰ ਕਹਿੰਦੇ ਆ ਨਾ ਕਿ ਸੁਹੱਪਣ, ਜਿੰਨੇ ਦੇਖਣਾ ਉਹ ਇੱਥੇ ਜ਼ਰੂਰ ਆਏ। ਅਤੇ ਕਿੰਨੇ ਬਣਾਇਆ ਇਹ, ਕਿਵੇਂ ਬਣਾਇਆ, ਕੀ ਸੋਚਿਆ, ਅਸੀਂ ਗੱਲ ਜ਼ਰੂਰ ਕਰਦੇ ਹਾਂ ਉਹਨਾਂ ਨਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ ਅਤੇ ਕਿੱਥੋਂ? ਮੇਰਾ ਨਾਂ ਸਤਨਾਮ ਸਿੰਘ ਹੈ ਜੀ, ਪਿੰਡ ਮੇਰਾ ਬਰਗਾੜੀ ਹੈ, ਜ਼ਿਲ੍ਹਾ ਫਰੀਦਕੋਟ ਹੈ ਜੀ। ਅੱਛਾ, ਇਹ ਦੱਸੋ ਕਿ ਮਤਲਬ ਜਿੱਥੇ ਸਾਨੂੰ ਹਰ ਕਿਤੇ ਪਿੱਛੋਂ ਦੀ ਸ਼ੁਰੂ ਹੋ ਜਾਂਦਾ, ਟਰੈਕਟਰ ਟਰਾਲੀਆਂ ਨਜ਼ਰ ਆਉਂਦੀਆਂ ਹੈਗੀਆਂ, ਉੱਥੇ ਵਿੱਚ ਨੂੰ ਇੱਥੇ ਰੁਕਣ ਦਾ ਮਨ ਕਰਦਾ? ਇੱਦਾਂ ਲੱਗਦਾ ਕਿ ਜਿਵੇਂ ਇੱਥੇ ਸ਼ਾਂਤੀ ਵੀ ਬਹੁਤ ਆ ਅਤੇ ਆਸ ਪਾਸ ਹਰਿਆਲੀ ਵੀ ਇੰਨੀ ਆ, ਫੁੱਲ ਵੀ ਇੰਨੇ ਆ, ਕਿਤਾਬਾਂ ਵੀ ਹੈਗੀਆਂ, ਸੋ ਕੁਦਰਤ ਦੇ ਨੇੜੇ ਤੁਸੀਂ ਲੈ ਆਏ ਟਿਕਰੀ 'ਚ ਬਹਿ ਕੇ? ਹਾਂਜੀ ਹਾਂਜੀ। ਇਹ ਦੇਖੋ ਜੀ, ਕੁਦਰਤ ਨਾਲ ਜੋੜਨ ਦਾ ਮੈਨੂੰ ਇੱਕ ਮੁੱਦਾ ਉੱਠਿਆ ਵੀ ਬਜ਼ੁਰਗ ਜਿਹੜੇ ਸੀਗੇ ਉਹ ਆਸੇ ਪਾਸੇ ਘੁੰਮ ਰਹੇ ਸੀ, ਥੋੜ੍ਹੇ ਜੀ ਡਿਸਟਰਬਿੰਗ ਹੋ ਰਹੀ ਸੀਗੀ, ਉਹਦੇ ਕਰਕੇ ਫਿਰ ਮੈਂ ਸੋਚਿਆ ਵੀ ਛੋਟਾ ਜਿਹਾ ਪਾਰਕ ਬਣਾਇਆ ਜਾਵੇ, ਉਹਦੇ ਵਿੱਚ ਹਰਿਆਲੀ ਲਿਆਈ ਜਾਵੇ, ਜਿਹਦੇ ਕਰਕੇ ਕਿਤਾਬਾਂ ਪੜ੍ਹਦੇ ਆ, ਅਖਬਾਰ ਪੜ੍ਹਦੇ ਆ, ਗੱਲਾਂ ਪਤਾ ਸਾਂਝੀਆਂ ਕਰਦੇ ਆ, ਗੇਮਾਂ ਖੇਡਦੇ ਆ ਉਹਦੇ ਕਰਕੇ। ਅਤੇ ਕਿੰਨਾ ਵਕਤ ਲੱਗ ਗਿਆ ਇਸ ਨੂੰ ਪੂਰਾ ਤਿਆਰ ਕਰਨ? ਇਹਨੂੰ ਪੂਰਾ ਤਿਆਰ ਕਰਨ ਵਿੱਚ ਮੈਨੂੰ ਇੱਕ ਹਫ਼ਤਾ ਲੱਗ ਗਿਆ। ਹਾਂਜੀ। ਤੁਸੀਂ ਕਿਹਾ ਕਹਿ ਰਹੇ ਸੀਗੇ ਪਹਿਲਾਂ ਕਿ ਹੋਰ ਵੀ ਕੁਛ ਇੰਤਜ਼ਾਮਾਤ ਕੀਤੇ ਜਾਣਗੇ, ਇੱਥੇ ਹੋਰ ਵੀ ਚੀਜ਼ਾਂ ਲੈ ਕੇ ਆਉਂਦੀਆਂ ਜਾਣਗੀਆਂ, ਕੀ ਕੀ ਲੈ ਕੇ ਆ ਰਹੇ ਹੋ? ਹਾਂਜੀ, ਇੱਕ ਤਾਂ ਮੈਂ ਚਿੜੀਆਂ ਲਿਆ ਰਿਹਾ ਜੀ, ਅਤੇ ਕਬੂਤਰ ਲਿਆ ਰਹੇ ਹਾਂ, ਅਤੇ ਖਰਗੋਸ਼ ਲਿਆਉਣੇ ਜੀ, ਉਹ ਥੋੜ੍ਹੀ ਖਿੱਚ ਦਾ ਕੇਂਦਰ ਹੋਰ ਬਣਨਗੇ। ਹਾਂਜੀ। ਸੋ ਇੱਥੇ ਕੁਛ ਨੌਜਵਾਨ ਜਿਹੜੇ ਆ ਉਹ ਹੋਰ ਵੀ ਇੱਥੇ ਬੈਠੇ ਹੋਏ ਆ, ਉਹਨਾਂ ਨਾਲ ਵੀ ਗੱਲ ਕਰਨੀ ਹੈਗੀ ਆ। ਪਹਿਲਾਂ ਬਜ਼ੁਰਗਾਂ ਕੰਨੀ ਚੱਲਦੇ ਹਾਂ, ਬੈਠੇ ਹੋਏ ਆ ਇੱਥੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਆਏ ਬਾਬਾ ਜੀ? ਅਸੀਂ ਪਿੰਡ ਪੰਨੀ ਵਾਲਾ ਫੱਤਾ ਜੀ ਸਾਡਾ। ਅੱਛਾ, ਇਹ ਦੱਸੋ ਕਿ ਹੁਣ ਇੱਥੇ ਨੁਹਾਰਾਂ ਬਦਲ ਰਹੀਆਂ, ਅੱਗੇ ਵੈਸਟਰਨ ਟੋਇਲਟ ਵੀ ਆ ਗਏ ਹੈਗੇ ਆ, ਹਰ ਚੀਜ਼ ਜਿਹੜੀ ਆ ਇੱਥੇ ਬਦਲੀ ਜਾ ਰਹੀ ਹੈ, ਇੱਥੇ ਬਾਗ ਬਗੀਚੇ ਵੀ ਬਣਾਏ ਜਾ ਰਹੇ ਆ। ਸੋ ਤਿਆਰੀ ਜਿਹੜੀ ਆ ਉਹ ਪੱਕੀ ਵੀ ਆ ਅਤੇ ਪੂਰੀ? ਹਾਂਜੀ ਹਾਂਜੀ, ਸਾਡੀ ਤਿਆਰੀ ਫੁੱਲ ਆ ਜੀ, ਜਿੰਨਾ ਚੱਕ ਇਹ ਮੋਰਚਾ ਸਾਡਾ ਫਤਿਹ ਨਹੀਂ ਹੁੰਦਾ ਅਸੀਂ ਉਦੋਂ ਤੱਕ ਇੱਥੇ ਹੀ ਰਹਾਂਗੇ, ਜਾਣਾ ਨਹੀਂ ਗਾ ਘਰੇ। ਹਾਂ, ਕਿੰਨਾ ਵੀ ਚਿਰ ਲੱਗ ਜੇ ਇੱਥੇ ਹੀ ਰਹਾਂਗੇ ਉਹਨਾਂ ਤੱਕ, ਅਸੀਂ ਜਿੰਨਾ ਚੱਕ ਸਾਡਾ ਮੋਰਚਾ ਜਿੱਤਿਆ ਨਹੀਂ ਜਾਂਦਾ। ਕਹਿੰਦੇ ਆ ਕਿ ਜਦੋਂ ਖੂਬਸੂਰਤੀ ਆਸ ਪਾਸ ਹੋਵੇ, ਵਿਚਾਰ ਖੂਬਸੂਰਤ ਹੋਣ ਅਤੇ ਫੈਸਲੇ ਵੀ ਖੂਬਸੂਰਤ ਆਉਂਦੇ ਨੇ, ਉਮੀਦ? ਹਾਂ ਬੀਬੀ, ਬਿਲਕੁਲ ਫੈਸਲੇ ਆਉਣਗੇ। ਅਸੀਂ ਬੈਠੇ ਹਾਂ, ਸਾਨੂੰ 2.5 ਮਹੀਨੇ ਹੋ ਗਏ ਨੇ ਇੱਥੇ ਬਹਿ ਕੇ ਰਹਾਂਗੇ, ਜਿੰਨਾ ਚਿਰ ਸਰਕਾਰ ਸਾਨੂੰ ਵਾਹਿਗੁਰੂ ਨਾਲ ਬਾਂਹਗੇ ਅਸੀਂ ਛੱਡ ਕੇ ਨਹੀਂ ਜਾਣਾ। ਮੋਰਚੇ ਪੱਕੇ ਲਾਵਾਂਗੇ, ਇੱਥੇ ਆਪਣੇ ਘਰ ਪੱਕੇ ਬਣਾ ਲਏ ਨੇ, ਤੰਬੂ ਲਾ ਲਏ ਨੇ, ਟਰਾਲੀਆਂ 'ਤੇ ਬੈਠੇ ਹੋਏ ਹਾਂ, ਅਤੇ ਅਸੀਂ ਪੱਕਾ ਮੋਰਚਾ ਲਾ ਕੇ ਛੱਡਾਂਗੇ, ਨਹੀਂ ਛੱਡਣਾ, ਜਿੰਨਾ ਚਿਰ ਰੱਖਾਂਗੇ। ਚੰਗਾ ਲੱਗਦਾ ਜਦੋਂ ਅਜਿਹਾ ਮਾਹੌਲ ਆਪਣੇ ਹੱਥੀ ਆਪਣੇ ਨੌਜਵਾਨ ਮੁੰਡੇ ਉਕੇਰਦੇ ਨੇ? ਇਹਨਾਂ 'ਤੇ ਕਿੰਨੇ ਕਿੰਨੇ ਇਲਜ਼ਾਮ ਲੱਗ ਜਾਂਦੇ ਨੇ, ਇੱਦਾਂ ਕਰਦੇ ਆ, ਇਹ ਵੱਡਿਆਂ ਦੀ ਨਹੀਂ ਸੁਣਦੇ, ਨਸ਼ੇੜੀ ਆ, ਕਿੰਨਾ ਕੁਛ ਆ। ਅਤੇ ਉਹੀ ਨੌਜਵਾਨ ਆ ਜਿਹੜਾ ਕਿ ਇੱਥੇ ਇੱਕ ਅਜਿਹਾ ਮਾਹੌਲ ਸਿਰਜ ਰਿਹਾ ਕਿ ਬਜ਼ੁਰਗਾਂ ਵਾਸਤੇ, ਨੌਜਵਾਨਾਂ ਵਾਸਤੇ ਉਹਨਾਂ ਨੂੰ ਚੰਗਾ ਲੱਗੇ, ਕਿਉਂਕਿ ਉਹ ਘਰੋਂ ਦੂਰ ਬੈਠੇ। ਨਹੀਂ ਜੀ, ਸਾਡੇ ਜੀ ਇੱਥੇ ਕੋਈ ਨਸ਼ੇੜੀ ਨਹੀਂ, ਕੋਈ ਨਸ਼ਾ ਪਤਾ ਨਹੀਂ ਕਰਦਾ ਇੱਥੇ ਸਾਡਾ। ਇਹਨਾਂ ਨੇ ਬਹਿਣ ਬੁਣ ਨੂੰ ਮੁੰਡਿਆਂ ਨੇ ਆ ਬਹੁਤ ਵਧੀਆ ਪ੍ਰੋਗਰਾਮ ਬਣਾਇਆ। ਅਸੀਂ ਬਹੁਤ ਦੂਰੋਂ ਮੁਕਤਸਰ ਜ਼ਿਲ੍ਹੇ ਤੋਂ, ਪਿੰਡ ਪੰਨੀ ਵਾਲਾ ਫੱਤਾ ਮੇਰਾ ਨਾਂ, ਲਾਭ ਸਿੰਘ ਬਰਾੜ, ਮੈਂ ਇੱਥੇ ਆਇਆ। ਆਪਦੇ ਬੱਚੇ ਘਰੇ ਆ, ਉਹ ਕੰਮ ਧੰਦਾ ਕਰੀ ਜਾਂਦੇ ਆ ਜੀ, ਸਾਡਾ ਪਿੱਛੇ ਚੱਲਦਾ ਸਾਰਾ ਢਾਂਚਾ, ਮੇਰੇ ਭਤੀਜੇ ਵੀ ਆ। ਅਸੀਂ ਇੱਥੇ ਜਿੰਨਾ ਚਿਰ ਸਾਡੇ ਮਸਲੇ ਹੱਲ ਨਹੀਂ ਹੁੰਦੇ ਅਸੀਂ ਉਨਾ ਚਿਰ ਇੱਥੋਂ ਜਾਣਾ ਨਹੀਂ। ਤੜਕੇ ਨਾ ਲਈਦਾ, ਇਸ਼ਨਾਨ ਕਰ ਲਈਦਾ, ਰੱਬ ਰੱਬ ਕਰ ਲਈਦੀ, ਆਪਦਾ ਇੱਥੇ ਬੈਠੇ ਹਾਂ। ਜਿੰਨਾ ਚਿਰ ਇਹ ਸਰਕਾਰ ਨਹੀਂ ਫੈਸਲਾ ਦਿੰਦੀ ਹੈ, ਤਿੰਨੇ ਕਾਨੂੰਨ ਰੱਦ ਨਹੀਂ ਕਰਦੇ, ਅਸੀਂ ਜਾਣਾ ਨਹੀਂ ਜੀ ਇੱਥੇ। ਹਾਂਜੀ।
ਮੁੰਡਿਆਂ ਤੇ ਬਾਬਾ ਜੀ ਮਾਣ ਮਹਿਸੂਸ ਹੁੰਦਾ ਹੁੰਦਾ ਹੈ ਜੀ ਹੁੰਦਾ ਹੈ ਅਸੀਂ ਜਿੱਥੇ ਜਿੱਤ ਕੇ ਜਾਵਾਂਗੇ ਸਾਨੂੰ ਕਿੰਨਾ ਹੀ ਟਾਈਮ ਲੱਗ ਜੇ ਹੈ ਖਾਲੀ ਨਹੀਂ ਜਾਂਦੇ ਅਸੀਂ ਵਾਪਸ ਕਰਾ ਕੇ ਜਾਵਾਂਗੇ ਕਾਨੂੰਨ ਇਸ ਮੇਰਾ ਪਿੰਡ ਉਡਾ ਹੈ ਨਾ ਮੇਰਾ ਜੈਬ ਸਿੰਘ ਹੈ ਜਿੱਤ ਕੇ ਜਾਵਾਂਗੇ ਜੀ ਉਹਨਾਂ ਚਿਰ ਕਿੰਨਾ ਟਾਈਮ ਲੱਗ ਜੇ ਘਰ ਦੀ ਯਾਦ ਤੇ ਆਉਂਦੀ ਹੋਣੀ ਨਾ ਨਹੀਂ ਆਉਂਦੀ ਜੀ ਘਰ ਦੀ ਇੱਥੇ ਤਾਂ ਜੀ ਲੱਗਿਆ ਉਹਦੇ ਭਣ ਹਾਂ ਘਰੇ ਜਾਣ ਨੂੰ ਜੀ ਨਹੀਂ ਕਰਦਾ ਹੈ ਵੀ ਇੱਥੇ ਬੈਠੇ ਹਾਂ ਵਧੀਆ ਇੱਥੇ ਨੌਜਵਾਨ ਵੀ ਹੈਗੇ ਆ ਇਹਨਾਂ ਨਾਲ ਵੀ ਗੱਲ ਕਰਦੇ ਹਾਂਜੀ ਤੁਸੀਂ ਕਿੱਥੋਂ ਮੇਰਾ ਜੀ ਪਿੰਡ ਪੰਨੀ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਤੇ ਹੁਣ ਇੱਥੇ ਆਉਂਦੇ ਹੋ ਸ਼ਾਮ ਨੂੰ ਮੈਂ ਦੇਖਦੀ ਹੁੰਦੀ ਕਈ ਕਹਿੰਦੇ ਵੀ ਹੁਣੇ ਥੋੜ੍ਹੇ ਦੇਰ ਪਹਿਲਾਂ ਕਿਸੇ ਨਾਲ ਗੱਲ ਹੋਈ ਸੀ ਕਹਿੰਦੇ ਇੱਥੇ ਨੈੱਟ ਲਾ ਲੈਣੀ ਆ ਵਾਲੀਬਾਲ ਵੀ ਖੇਡਿਆ ਕਰਨੀ ਆ ਅਤੇ ਹੋਰ ਵੀ ਇੱਥੇ ਵੀ ਕਹਿੰਦੇ ਕੁਛ ਗੇਮਾਂ ਜਿਹੜੀਆਂ ਨੇ ਚੱਲਦੀਆਂ ਨੇ ਨਾਲ ਬਾਈ ਨੇ ਇਹ ਵੀ ਦੱਸਿਆ ਕਿ ਹੁਣ ਚਿੜੀਆਂ ਕਬੂਤਰ ਵੀ ਲੈ ਆਉਣੇ ਨੇ ਯਾਨੀ ਕਿ ਜਿੱਥੇ ਰਹਿਣਾ ਉੱਥੇ ਆਪਣੇ ਵਰਗਾ ਸਾਰਾ ਚੌਗਿਰਦਾ ਕਰ ਲੈਣਾ ਜੀ ਅਸੀਂ ਰਹਿਣਾ ਪੂਰੇ ਸ਼ੌਂਕ ਨਾਲ ਕਿਉਂਕਿ ਪੰਜਾਬੀਆਂ ਦੀ ਇੱਕ ਸੋਚ ਆ ਵੀ ਰਹਿੰਦੇ ਵੀ ਜਿੱਥੇ ਵੀ ਰਹਿੰਦੇ ਸ਼ੌਂਕ ਨਾਲ ਰਹਿੰਦੇ ਇੱਥੇ ਅਸੀਂ ਸ਼ੌਂਕ ਦੇ ਆਪਦੇ ਤੰਦ ਪਾਉਣੇ ਆ ਨਾਲੇ ਜਿੱਤ ਕੇ ਜਾਵਾਂਗੇ ਨਾਲੇ ਇੱਥੇ ਆਪਦੇ ਸਾਰੇ ਸ਼ੌਂਕ ਪੂਰੇ ਕਰਾਂਗੇ ਸਰਕਾਰਾਂ ਇਹ ਨਾ ਸੋਚਣ ਵੀ ਕਿਤੇ ਇਹ ਇੱਥੋਂ ਮੋਰਚਾ ਖਤਮ ਕਰਕੇ ਜਾ ਵੜਨਗੇ ਜਿੰਨਾ ਚਿਰ ਕਾਨੂੰਨ ਇਹ ਰੱਦ ਨਹੀਂ ਹੁੰਦੇ ਬਿਲਕੁਲ ਉਨਾ ਚਿਰ ਅਸੀਂ ਮੋਰਚਾ ਸਾਡਾ ਪੱਕਾ ਰਹੂਗਾ ਸਾਡੇ ਬਜ਼ੁਰਗ ਸਾਡੇ ਨਾਲ ਆ ਇਹਨਾਂ ਦੀਆਂ ਦੁਆਵਾਂ ਨਾਲ ਜਿਵੇਂ ਸਾਨੂੰ ਸੇਧ ਦੇਣਗੇ ਉਸ ਹਿਸਾਬ ਨਾਲ ਅਸੀਂ ਚੱਲਾਂਗੇ ਮੋਰਚਾ ਫਤਿਹ ਕਰਕੇ ਜਾਵਾਂਗੇ ਕਿੱਡਾ ਕੁ ਜੀ ਲੱਗਿਆ ਹੋਇਆ ਅਤੇ ਕਿੱਡਾ ਕੁ ਲੱਗਦਾ ਜੇ ਲੜਨਾ ਵੀ ਪੈਣਾ ਬਹੁਤ ਜੀ ਲੱਗਿਆ ਹੋਇਆ ਜੀ ਲੜਾਂਗੇ ਜ਼ਰੂਰ ਲੜਾਂਗੇ ਅਤੇ ਜਿੱਤ ਕੇ ਵੀ ਜਾਵਾਂਗੇ ਜੀ ਹਾਂਜੀ ਸੋ ਇੱਥੇ ਨੌਜਵਾਨ ਹਾਂਜੀ ਤੁਸੀਂ ਵੀ ਜਦੋਂ ਹੁਣ ਪੜ੍ਹਦੇ ਹੋ ਇੱਥੇ ਆਉਂਦੇ ਹੋ ਤੁਹਾਨੂੰ ਲੱਗਦਾ ਕਿ ਜੋ ਪਹਿਲੇ ਦਿਨ ਟਿਕਰੀ ਬਾਰਡਰ ਸੀ ਹੁਣ ਉਸ ਤੋਂ ਬਹੁਤ ਬਦਲ ਗਿਆ ਹਾਂਜੀ ਬਹੁਤ ਵਧੀਆ ਲੱਗ ਗਿਆ ਜੀ ਲੱਗਦਾ ਜੀ ਕਿਸ ਤਰ੍ਹਾਂ ਬਦਲ ਗਿਆ ਟਿਕਰੀ ਬਾਰਡਰ ਪਹਿਲਾਂ ਕਿੱਦਾਂ ਦਾ ਸੀ ਤੇ ਹੁਣ ਪਹਿਲਾਂ ਜੀ ਇੱਥੇ ਰੋਡ ਤੇ ਗੱਡੀਆਂ ਚੱਲਦੀਆਂ ਸੀ ਇਕੱਲੀਆਂ ਜੀ ਹੁਣ ਇੱਥੇ ਬੈਠੀਆਂ ਆਪਦੇ ਘਰ ਬਣਾ ਕੇ ਪੱਕੇ ਘਰ ਬਣਾ ਲੈਣੇ ਜੀ ਹੁਣ ਅਸੀਂ ਬਸ ਅਸੀਂ ਫਤਿਹ ਕਰਕੇ ਜਾਵਾਂਗੇ ਉਹ ਨਹੀਂ ਖਾਲੀ ਨਹੀਂ ਮੁੜਦੇ ਜੀ ਅਸੀਂ ਚੀਜ਼ਾਂ ਜਿਹੜੀਆਂ ਨੇ ਉਹ ਬਦਲੀਆਂ ਨੇ ਤੁਸੀਂ ਕਹਿਣਾ ਚਾਹੁੰਦੇ ਹੋ ਕੁਛ ਅੱਛਾ ਠੀਕ ਹੈ ਇੱਥੇ ਹੋਰ ਵੀ ਲੋਕ ਜਿਹੜੇ ਨੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਆ Please subscribe our channel and press the bell icon ताकि कोई भी नवी अपडेट तुसी मिस ना करो।